ਅਸਲਾਮੁਆਲੇਕਮ ਕੀ ਹਾਲ ਹੈ ਵੀਰੋ ਠੀਕ ਹੋ ਪਾਕ ਟਰੈਕਟਰ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਮੁਸਤਾਸਨ ਦੋਸਤੋ ਜਿਹੜੀ ਮੈਂ ਅੱਜ ਵੀਡੀਓ ਲੈ ਕੇ ਆਇਆ ਜੀ ਐਮਐਫ 385 ਟਰੈਕਟਰ ਹੈ ਜੀ 2010 ਮਾਡਲ ਹੈ ਇਹ ਦੋਸਤੋ ਟਰੈਕਟਰ ਫਾਰ ਸੇਲ ਹੋਣ ਜਾ ਰਿਹਾ ਹੈ ਦੋਸਤੋ ਇਹਦੀ ਬੜੀ ਹੀ ਜ਼ਬਰਦਸਤ ਕੰਡੀਸ਼ਨ ਹੈ ਕਿ ਹੈਰਾਨ ਹੋ ਜਿਦਾ ਕਿ 2010 ਮਾਡਲ ਲੱਗਦਾ ਹੀ ਨਹੀਂ ਸਭ ਤੋਂ ਪਹਿਲੇ ਤੁਹਾਨੂੰ ਦੋਸਤੋ ਟਰੈਕਟਰ ਦਾ ਰਿਵਿਊ ਕਰਵਾਉਨੇ ਆ ਚੈੱਕ ਕਰੋ ਦਾ ਟਾਇਰ ਬਿਲਕੁਲ ਨਿਊ ਹੀ ਟਾਇਰ ਨੇ ਇਹਦੇ ਚੈੱਕ ਕਰ ਸਕਦੇ ਤੇ ਬੜਾ ਹੀ ਜ਼ਬਰਦਸਤ ਹੈ ਰੇਮੇ ਦੇ ਚੈੱਕ ਕਰੋ ਬਹੁਤ ਹੀ ਅੱਛੇ ਰਹੇ ਮਨੇ ਜ਼ਬਰਦਸਤ ਕੰਡੀਸ਼ਨ ਹੈ ਇਹਦੀ ਚੈੱਕ ਕਰ ਸਕਦੇ ਜੇ ਨੇ ਓਕੇ ਦੀ ਚੈੱਕ ਕਰੋ ਬੜੇ ਜ਼ਬਰਦਸਤ ਓਕੇ ਚੈੱਕ ਕਰ ਸਕਦੇ ਜੇ ਟੂਪਾਂ ਵਗੈਰਾ ਇਹਦੀਆਂ ਬਹੁਤ ਹੀ ਜ਼ਬਰਦਸਤ ਕੰਡੀਸ਼ਨ ਹੈ ਕਿ ਹੈਰਾਨ ਹੋ ਜਿਦਾ ਸੁੱਕੇ ਤੇ ਵਗੀ ਹੋਈ ਗੱਡੀ ਹੈ ਜੀ ਚੈੱਕ ਕਰ ਸਕਦੇ ਜੇ ਸ਼ੋਅ ਦੀ ਚੈੱਕ ਕਰੋ ਪਿੱਛੇ ਡੱਬੇ ਵਗੈਰਾ ਦੂਜੀ ਸਾਈਡ ਚੈੱਕ ਕਰ ਸਕਦੇ ਹੋ ਅੱਛੀ ਕੰਡੀਸ਼ਨ ਹੈ ਜ਼ਬਰਦਸਤ ਦੂਜੀ ਸਾਈਡ ਦਾ ਰ임 ਚੈੱਕ ਕਰੋ ਟਾਇਰ ਵਗੈਰਾ ਦੇ ਚੈੱਕ ਕਰ ਸਕਦੇ ਜੇ ਨੀਸਾ ਚੈੱਕ ਕਰੋ ਇਹਦਾ ਹੈਰਤ ਗਮ ਹੋ ਜਾਂਦੀ ਲੱਗਦੀ ਨਹੀਂ ਦੋਸਤੋ 2010 ਮਾਡਲ ਹੈ ਇਹ ਗੱਡੀ ਬਹੁਤ ਹੀ ਅੱਛੀ ਕੰਡੀਸ਼ਨ ਹੈ ਇਹਦੀ ਜ਼ਬਰਦਸਤ ਕੰਡੀਸ਼ਨ ਹੈ ਸ਼ੋ ਇਹਦੀ ਚੈੱਕ ਕਰੋ ਖਰਾਸ਼ ਤੱਕ ਨਹੀਂ ਆਈ ਇਹਦੀ ਸ਼ੋ ਨੂੰ ਅਗਲੇ ਟਾਇਰ ਚੈੱਕ ਕਰ ਸਕਦੇ ਜੇ ਅਗਲੇ ਰਿੰਮ ਬੰਪਰ ਨਹੀਂ ਲੱਗਾ ਹੋਇਆ ਛੱਤ ਜ਼ਬਰਦਸਤ ਲੱਗੀ ਹੈ ਹੁੱਕ ਵੀ ਲੱਗੀ ਹੈ ਤੁਹਾਨੂੰ ਪਤਾ ਹੈ ਚੈੱਕ ਕਰ ਲਓ ਗੱਡੀ ਬਹੁਤ ਹੀ ਅੱਛੀ ਕੰਡੀਸ਼ਨ ਹੈ ਦੀ ਬਹੁਤ ਹੀ ਅੱਛੀ ਹਾਲਤ ਹੈ ਦੋਸਤੋ ਇਸ ਟਰੈਕਟਰ ਦੀ ਚੈੱਕ ਕਰ ਸਕਦੇ ਜੇ ਸਟੀering ਵਗੈਰਾ ਚੈੱਕ ਕਰੋ ਸ਼ਿੰਗਾਰੀ ਹੋਈ ਪੂਰੀ ਗੱਡੀ ਹੈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਇਸ ਟਰੈਕਟਰ ਨੂੰ ਹਰ لحاظ ਤੋਂ ਖੂਬਸੂਰਤ ਹੈ। ਥੋੜੀ ਛੱਤ ਨਹੀਂ ਲੱਗੀ ਆ ਦੋਸਤੋ। ਮਿਲਦੀ ਹੋਈ ਛੱਤ ਨਹੀਂ ਹੈ ਇਸ ਟਰੈਕਟਰ ਨੂੰ। ਲੇਕਿਨ ਫਿਰ ਵੀ ਬਹੁਤ ਹੀ ਅੱਛਾ ਟਰੈਕਟਰ ਹੈ। ਡਿਮਾਂਡ ਇਹਦੀ ਦੋਸਤੋ 12.5 ਲੱਖ ਰੁਪਈਆ ਹੈ। ਜਿਹੜੇ ਭਾਈ ਨੂੰ ਚਾਹੀਦਾ ਹੋਵੇ ਉਹ ਕਮੈਂਟ 'ਚ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਦੋਸਤੋ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦੇਣਾ ਔਰ ਨਾਲ ਹੀ ਬੈਲ ਆਈਕਨ ਦਾ ਬਟਨ ਹੈ ਉਹਨੂੰ ਨੇਪਾਲ ਲੈਣਾ ਹੈ ਤਾਂ ਕਿ ਮੇਰੀ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੇ